समरी रूम में आप सभी का स्वागत है। आप सबने विजिट की, मशीनरी देखी, कैसी उसकी टेक्निक है, क्या काम करती है। अगर आपको वहां ज्यादा जानकारी नहीं मिली, बारीकियां पता नहीं चली, उसके लिए ये सेशन है समरी रूम, जिसमें हम तकनीकी माहिर आपकी हर सवाल का जवाब देने की कोशिश करेंगे, आपके सुझाव हम लेने की कोशिश करेंगे। मैं अभी इनवाइट करना चाहूंगी इस माइक पे न्यू हॉलैंड की टीम से कोई मेंबर और हमारे जो तकनीकी माहिर यहाँ पे हमारे साथ जुड़े हुए हैं केवीके की टीम से, एक एक मेंबर दोनों की टीम से आपके मार्गदर्शक के लिए। कितने दिन आज मतलब की फायदा है दा? वो सब कोई जानना चाहता है कि स्पेशल कोई जिन्होंने नहीं समझाई या पूछ सकता। फिर हार्वेस्टिंग करने वाली मशीन भी कंप्लीट साडे को रेंज है, जिहड़ी मतलब पांच पशुआं तो लेके तुसी मान के चलो कि हजारा 1500 जानवर भी जिहदे कोल डेयरी च होण, या कमर्शियली कोई साइलेज बना के अगे बेचना चाहता हो, जिवें पंजाब च अजकल बहुत सारे साइलेज प्लांट स्थापित हो चुके ने, ओहदे बारे कोई भी जानकारी। दो क्वेश्चन हां जी, एक मिनट। पहला है कि जिहड़ा आपां ऑपरेशन बिफोर बेलर्स कीता हैगा, ऑपरेशन वो फिजिकल ट्रांसफर कर रहे सीगे। हां जी हां जी, जदों आपां फिजिकली ट्रांसफर कीता तद ऑपरेशन बंदा हो, सो ओहदी कोई ऑटोमेटिक हॉपर मैकेनाइजेशन वन। दूसरा मेरा क्वेश्चन, चलो बाद कर रहे पहले ही कर लीए। हाँ जी, ਜਿਹੜਾ ਆਪਾਂ ਬੇਲਿੰਗ ਵਿੱਚ ਆਪਾਂ ਟ੍ਰਾਂਸਫਰ ਕੀਤਾ, ਦੇਖੋ ਜੀ ਜਿਹੜੀ ਹਾਰਵੈਸਟਿੰਗ ਹੁੰਦੀ ਹੈ ਫੀਲਡ 'ਚ ਹੁੰਦੀ ਹੈ, ਜਿਹੜੀ ਆ ਅੱਜ ਡੈਮੋਸਟ੍ਰੇਸ਼ਨ ਵਾਲੀ ਹੈ ਫਿਜ਼ੀਬਿਲਟੀ ਜਾਂ ਇਹ ਜਾਂ ਦ੍ਰਿਸ਼ ਕਿਤੇ ਹੋਰ ਨਜ਼ਰ ਨਹੀਂ ਆਉਂਦਾ ਕਿ ਖੇਤ 'ਚ ਵੀ ਕਰਦਾ ਹੋਏ, ਕਿਉਂਕਿ ਜਨਰਲੀ ਇਹਨੂੰ ਇਲੈਕਟ੍ਰੀਕਲ ਮੋਟਰ 'ਤੇ ਕਰਦੇ ਆ। ਆਪਾਂ ਟਰੈਕਟਰ 'ਤੇ ਆਪਾਂ ਬੇਲਿੰਗ ਕਰ ਰਹੇ ਸੀ ਅੱਜ, ਇਹ ਖਾਸ ਕਰਕੇ ਹੁੰਦਾ ਕਿਸੇ ਗਡਾਊਂਡ ਦੇ ਵਿੱਚ ਜਿੱਥੇ ਇਲੈਕਟ੍ਰੀਕਲ ਦਾ ਕਨੈਕਸ਼ਨ ਹੋਵੇ, ਜਾਂ ਉੱਥੇ ਵੀ ਟਰੈਕਟਰ ਲਾਇਆ ਜਾ ਸਕਦਾ ਜਿੱਥੇ ਆਪਾਂ ਭੰਡਾਰ ਕਰ ਸਕੀਏ, ਬੇਲਾਂ ਦੁਬਾਰਾ ਨਾ ਚੱਕਣੀਆਂ ਪੈਣ। ਤਾਂ ਕਰੀਬਨ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਦੂਰ ਹੁੰਦਾ। ਤਾਂ ਮਟੀਰੀਅਲ ਜਿਹੜਾ ਖੇਤ ਚੋਂ ਚੌਪਡ ਮਟੀਰੀਅਲ ਆ ਉਹ ਲੈ ਕੇ ਆਉਣ ਲਈ ਟਰਾਲੀਆਂ ਲੱਗਦੀਆਂ, ਤੇ ਉਹ ਉੱਥੇ ਟਿਪਿੰਗ ਨਾਲ ਅਨਲੋਡ ਕੀਤੀਆਂ ਜਾ ਸਕਦੀਆਂ। ਟਿਪਿੰਗ ਟਰਾਲੀਆਂ ਹੁੰਦੀਆਂ ਜਨਰਲੀ, ਇੱਥੇ ਅਵੇਲੇਬਿਲਟੀ ਨਹੀਂ ਸੀ ਸਾਨੂੰ ਟਿਪਿੰਗ ਟਰਾਲੀ ਦੀ, ਹੋਈ ਉਹ ਸਿੱਧੀਆਂ ਟਿਪਿੰਗ ਕਰਕੇ ਇੱਕ JCB ਨਾਲ ਫੜ ਕੇ ਸਿੱਧਾ ਫੀਡਿੰਗ ਕੀਤੀ ਜਾਂਦੀ ਹੈ, ਪੂਰਾ ਮੈਕਨਾਈਜ਼ਡ ਸਿਸਟਮ ਹੁੰਦਾ ਸਰ। ਦੂਸਰਾ ਇਹ ਕਿ ਇਹਦੇ ਵਿੱਚ ਆਬਵੀਅਸ ਮੋਇਸਚਰ ਕੰਟੈਂਟ ਹਾਈ ਹੁੰਦਾ ਹੀ ਹੈਗਾ, ਤੇ ਏਰੇਸ਼ਨ ਵੀ ਹੋਣੀ ਆ। ਜਦੋਂ ਆਪਾਂ ਇਹਨੂੰ ਬੰਦ ਕਰਦੇ ਆ ਤਾਂ ਕੀ ਉਹਦੀ ਸ਼ੈਲਫ ਲਾਈਫ ਜਾਂ ਉਹਦੀ ਸਟੋਰੇਜ ਇਫੈਕਟ ਨਹੀਂ ਹੁੰਦੀ? ਦੇਖੋ ਜੀ, ਇਹ ਵਿਦ ਇਨ 1 or 2 hours ਜਿਵੇਂ ਵੀ ਆਪਾਂ ਘਰ ਜਿਵੇਂ ਵੀ ਚਾਰਾ ਪਾਈਦਾ, ਕਰੀਬਨ ਦੋ ਗਰਮੀਆਂ 'ਚ ਵੀ 2-3 ਘੰਟੇ 'ਚ ਕੋਈ ਦਿੱਕਤ ਨਹੀਂ ਹੁੰਦੀ। ਆਪਾਂ ਇਹਨੂੰ ਜਦੋਂ ਫੀਲਡ ਟੂ ਬੇਲ ਦੀ ਸ਼ੇਪ ਹੈ, ਕਰੀਬਨ 2-2.5 ਘੰਟੇ 'ਚ ਆਪਾਂ ਜੇ ਕਨਵਰਟ ਕਰ ਦਈਏ ਤਾਂ ਕੋਈ ਇਸ਼ੂ ਨਹੀਂ ਹੈ। ਇਹ ਆਪਣਾ ਫਿਰ ਅੱਗੋਂ ਸਾਇਲੇਜ ਦੀ ਅਵਸਥਾ ਸ਼ੁਰੂ ਹੋ ਜਾਂਦੀ, ਸਾਇਲੇਜ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਥੈਂਕ ਯੂ।